ਸਤਿਗੁਰ ਮਿਲੀ ਪੈ ਵਸੀ ਨਾਨਕ ਪ੍ਰੇਮ ਸਿਖਾਈ। ਸ੍ਰੀ ਸਤਿਗੁਰੂ ਜੀ ਪਦਮਾਸਣ ਵਾਂਗ ਚੌਂਕੜਾ ਮਾਰੇ ਬੈਠੇ ਹਨ, ਕੇਵਲ ਨੈਣ ਖੁੱਲਣਹਾਰ ਕਮਲਾਂ ਵਾਂਗ ਬੰਦ ਹਨ, ਚਿਹਰੇ ਪਰ ਨੂਰੀ ਭਾ ਦਗਦਾ ਕਰ ਰਿਹਾ ਹੈ, ਮੱਥਾ ਇਲਾਹੀ ਦਮਕ ਨਾਲ ਚਮਕ ਰਿਹਾ ਹੈ, ਸਾਰਾ ਸਰੀਰ ਕਿਸੇ ਸੁੱਖ ਦੇ ਰਸ ਵਿੱਚ ਮਗਨ ਪਾਸ ਰਿਹਾ ਹੈ। ਗਿਰਦ ਗਿਰਦ ਇੰਜ ਜਾਪਦਾ ਹੈ ਕਿ ਕਿਸੇ ਸੁੱਖ ਸੁੰਦਰਤਾ ਦੇ ਸਵਾਦ ਦੀ ਨਿੱਕੀ ਨਿੱਕੀ ਫੁਹਾਰ ਪੈ ਰਹੀ ਹੈ। ਥੋੜ੍ਹੀ ਵਿੱਥ 'ਤੇ ਮਰਦਾਨਾ ਅਤੇ ਤੀਖਣ ਜੀ ਬੈਠੇ ਹਨ, ਦੋਹਾਂ ਦੇ ਨੈਣ ਬੰਦ ਹਨ, ਪਰ ਰਸ ਵਿੱਚ ਗੁੱਟੇ ਜਾਪਦੇ ਹਨ। ਸੂਰਜ ਪੱਛੋਂ ਵੱਲ ਜਾ ਰਿਹਾ ਹੈ, ਇਸ ਦੀ ਧੁੱਪ ਕੁਝ ਪੱਤਰਾਂ ਵਿੱਚੋਂ ਕੁਝ ਹੇਠੋਂ ਪਿੱਠ ਵਾਲੇ ਪਾਸਿਓਂ ਥੋੜ੍ਹੀ ਥੋੜ੍ਹੀ ਪੈ ਰਹੀ ਹੈ। ਪੂਰੇ ਵੱਲ ਨੀਲੇ ਸਾਫ਼ ਆਕਾਸ਼ ਦਾ ਰੰਗ ਸਵਾਦ ਬਣ ਰਿਹਾ ਹੈ। ਇਸ ਵੇਲੇ ਨੂਰ ਸ਼ਾਹ ਆਈ, ਇੱਕ ਮੋਤੀਆਂ ਦਾ ਥਾਲ ਆਪ ਚੱਕ ਕੇ ਲਿਆਈ, ਅੱਗੇ ਧਰ ਦਿੱਤਾ ਅਤੇ ਮੱਥਾ ਟੇਕਿਆ, ਪਰ ਜਦ ਬੈਠਣ ਲੱਗੀ ਤਾਂ ਤੋੜ ਪਈ ਅਤੇ ਅੱਗ ਲੱਗੀ। ਘਬਰਾ ਕੇ ਪਿੱਛੇ ਹਟੀ, ਹੋਰ ਹਟੀ, ਹੋਰ ਹਟੀ, ਕੋਈ 40 ਗਜ਼ ਪਰੇ ਗਈ ਤਾਂ ਚੈਨ ਆਇਆ। ਇੱਥੇ ਕੋ ਬੜਾ ਜੇਰਾ ਕਰਕੇ ਬੈਠ ਗਈ, ਲੱਗੀ ਤੱਕਣ ਪਰ ਝੱਲ ਝੱਲੀ ਨਾ ਜਾਵੇ। ਜਾਦੂਗਰ ਨੈਣ ਉਸ ਇਲਾਹੀ ਦਰਸ਼ਨ ਤੋਂ ਘਬਰਾ ਕੇ ਢਹਿ ਢਹਿ ਪੈਣ, ਪਰ ਉਹ ਦਮਾਂ ਦੀ ਗਾਹੜੀ ਹੱਠ ਕਰਕੇ ਬੈਠ ਹੀ ਗਈ। ਹੱਛਾ ਬਾਬਾ, ਸੇਰੀਆਂ ਦੇ ਸਰਦਾਰਾ, ਮੈਨੂੰ ਨਹੀਂ ਸੀ ਪਤਾ ਕਿ ਕੋਈ ਨੂਰ ਸ਼ਾਹ ਤੋਂ ਵੀ ਬੜਾ ਹੈ, ਉਂਝ ਨਹੀਂ ਤਾਂ ਉਂਝ ਸਹੀ, ਮੈਂ ਅੱਜ ਨਿਉਕੇ ਹੀ ਸਹੀ, ਤੇਰੀ ਬਰਕਤ ਲੈ ਜਾਣੀ ਹੈ, ਪਰ ਲੈ ਜਾਣੀ ਹੈ, ਹੁਣ ਆ ਰਹਿਮ ਕਰ, ਮਾਰਨਾ ਮੈਂ ਸਾਈਆਂ ਭੁੱਲ ਕੀਤੀ, ਤੇਰੇ ਬਾਲਕੇ ਨੂੰ ਬੰਨਿਆ, ਹੁਣ ਆਪ ਬਾਂਧੀ ਹੋ ਕੇ ਆ ਗਈ ਹਾਂ, ਸ਼ਰਨ ਪਿਆ ਨੂੰ ਕੌਣ ਮਾਰਦਾ ਹੈ, ਬਸ ਕਰ, ਹੋਰ ਨਾ ਮਾਰ ਬਾਬਾ, ਬਸ ਕਰ। ਜਦ ਕਦਮਾਂ ਵਿੱਚ ਆ ਪਏ ਫਿਰ ਕੀ। ਇਸ ਤਰ੍ਹਾਂ ਆਪੇ ਵਿੱਚ ਗੁਰੂ ਜਗਤ ਤਾਰਕ ਸਿਹਰ ਤੋੜ ਬਾਬੇ ਨੂੰ ਵੱਡਾ ਸਿਹਰ ਸਮਝ ਕੇ ਸ਼ਰਨ ਤਕਾ ਰਹੀ ਸੀ ਕਿ ਜਗਤ ਆਧਾਰ ਜੀ ਦੇ ਨੈਣ ਖੁੱਲ੍ਹੇ। ਇਹਨਾਂ ਵਿੱਚੋਂ ਇੱਕ ਜ਼ੋਰਦਾਰ ਫੁਹਾਰਾ ਕਿਸੇ ਇਲਾਹੀ ਮਿਹਰ ਦਾ ਵਸਿਆ ਕਿ ਨੂਰ ਸ਼ਾਹ ਤਾਪ ਨਾ ਲਿਆ ਸਕੀ ਅਤੇ ਢਹਿ ਪਈ। ਪਲ ਭਰ ਬੇਸੁੱਧ ਜਿਹੀ ਰਹੀ, ਫਿਰ ਉੱਠੀ ਤਾਂ ਠੰਡ ਵਰਤ ਰਹੀ ਸੀ। ਕਦਮ ਕਦਮ ਅੱਗੇ ਵਧੀ ਅਤੇ ਨੇੜੇ ਆ ਕੇ ਰੋ ਕੇ ਬੋਲੀ, ਤੂੰ ਵੱਡਾ, ਮੈਂ ਇਕਰਾਰ ਕਰਦੀ ਹਾਂ, ਤੂੰ ਵੱਡਾ, ਮੇਰਾ ਬਲ ਅਤੇ ਵੀਰ ਮੇਰੇ ਮੋੜ ਦੇ, ਸ਼ਰਨ ਪਾਈ ਦੀ ਇਲਾਜ ਰੱਖ ਲੈ। ਗੁਰੂ ਬਾਬੇ ਦੇ ਚਿਹਰੇ 'ਤੇ ਇੱਕ ਮੁਸਕਰਾਹਟ ਆਈ ਅਤੇ ਹੱਠ ਹੱਠ ਗਈ। ਨੂਰ ਸ਼ਾਹ, ਹੇ ਮੇਰਾ ਦੇ ਪਾਤਸ਼ਾਹ, ਹੇ ਜੋਗੀ ਰਾਜ, ਮੈਂ ਤੇ ਮਿਹਰ ਕਰ। ਇਸ ਵੇਲੇ ਮਰਦਾਨੇ ਅਤੇ ਤੀਖਣ ਦੇ ਨੈਣ ਖੁੱਲ੍ਹ ਰਹੇ ਸਨ, ਸਤਿਗੁਰ ਦੇ ਜਲਵੇ 'ਤੇ ਪੈ ਰਹੇ ਸਨ। ਹਾਂ, ਗੁਰੂ ਨਾਨਕ ਦਾ ਜੋ ਜਲਾਲ ਮਰਦਾਨੇ ਦੇ ਨੈਣੀ ਅੱਜ ਪਿਆ, ਫਿਰ ਨਹੀਂ ਨਿਕਲਿਆ, ਭਾਵੇਂ ਉਹ ਵੇਖ ਚੁੱਕਾ ਸੀ ਕਿ ਕੋਈ ਤਾਕਤ ਜੋ ਗੁਰੂ ਦੇ ਸਾਹਮਣੇ ਆਈ ਐਸੀ ਨਹੀਂ ਸੀ ਕਿ ਜੋ ਝੁੱਕ ਨਾ ਗਈ ਹੋਵੇ, ਪਰ ਇਸ ਘੜੀ ਦਾ ਜਲਾਲ ਉਸ ਹੁਲਾਰੇ ਵਿੱਚ ਸੀ ਕਿ ਮਰਦਾਨੇ ਅੰਦਰ ਗੁਰੂ ਬਾਬੇ ਦੀ ਵਡਿਆਈ ਅਤੇ ਪਿਆਰ ਡਾਢੇ ਡੂੰਘੇ ਲੈ ਗਏ। ਤੀਖਣ ਦੀ ਤਾਂ ਪੁੱਛੋ ਹੀ ਨਾ, ਉਹ ਤਾਂ ਜਗਤ ਦਾ ਭਲਾ ਇਸ ਨਕਸ਼ੇ ਵਿੱਚ ਵੇਖਦੇ ਗੁਰੂ ਬਾਬੇ ਤੋਂ ਵਾਰਨੇ ਜਾ ਰਿਹਾ ਸੀ। ਗੁਰੂ ਬਾਬਾ, ਮਰਦਾਨਿਆ, ਇਸ ਦੇ ਕੰਨ ਵੱਲ ਜਾ ਕੇ ਉੱਚੀ ਕਹੋ ਵਾਹਿਗੁਰੂ, ਅਤੇ ਦੂਜੇ ਪਾਸੇ ਤੀਖਣਾ ਤੂੰ ਕਹੋ। ਦੋਹਾਂ ਨੇ ਇੰਜ ਹੀ ਕੀਤਾ। ਨੂਰ ਸ਼ਾਹ, ਹੈ ਇਹ ਕੀ ਭਿਆਨਕ ਆਵਾਜ਼ ਹੈ, ਮੈਂ ਗਈ ਗਈ ਮਰ ਗਈ, ਹਾ ਗਈ, ਪਲਕ ਮਗਰੋਂ ਮੇਰੀ ਜਾਗ ਖੁੱਲ੍ਹ ਗਈ, ਮੈਂ ਕਿੱਥੇ ਸੁੱਤੀ ਰਹੀ, ਮੈਂ ਤਾਂ ਪਰਮੇਸ਼ਰ ਦੇ ਪਿਆਰ ਵਿੱਚ ਨਿੱਕੀ ਹੁੰਦੀ ਵੱਸਦੀ ਸਾਂ। ਨੂਰ ਸ਼ਾਹ ਕਦੋਂ ਆਇਆ ਸੀ, ਮੈਨੂੰ ਪਿਆਰ ਕਰਦਾ ਅਤੇ ਕਹਿੰਦਾ ਸੀ ਹੋਣਹਾਰ ਹੈ, ਮੈਂ ਜਾਦੂ ਟੋਣੇ ਸਿੱਖੇ ਹਨ,
मैं कौन सा ते फिर कौन हो गए ते अज कौन हाँ। ऐं मालूम हुंदा है कि बाल अवस्था विच मैं राजी सा, फिर कोई ताप चढ़िया, उमरा उसे ताप विच बिताई, अज वह ताप लै गया है। कीकू लै गया है? मेरे विचों कुछ निकल रहा है, यह की है जो मैनू खाली कर गया है? कोई ताप जापदा है, मैं खाली होके सखनी सुंझी नहीं होई, ठंड पै रही है, होश आ रही है, ये मेरा शरीर सी कि कोई घर सी? ਪੁੰਡਾਂ ਦੀ ਖੱਖਰ ਸੀ ਜਿਸ ਵਿੱਚ ਹਜ਼ਾਰਾਂ ਡੇਮੂਆਂ ਦੇ ਘਰ ਸਨ, ਸਾਰੇ ਉੱਡ ਗਏ ਹੈਂ? ਜ਼ਹਿਰਾਂ ਵਾਲੇ ਸਾਰੇ ਉੱਡਦੇ ਜਾ ਰਹੇ ਹਨ, ਹਾਏ ਇਹ ਜ਼ਹਿਰ ਕਿਉਂ ਜ਼ਹਿਰ ਨਾ ਹੋ ਪਾਸੇ, ਮੈਂ ਵੀ ਜ਼ਹਿਰ ਦਾ ਰੂਪ ਬਣ ਰਹੀ, ਵਿਹੋ ਨੂੰ ਵਿਹੋ ਕੀ ਪਾਸੇ ਹੈ? ਨੂਰ ਸ਼ਾਹ ਉੱਠ, ਕੌਣ ਉੱਠੇ? ਛਾਲਾ ਕੇ ਹੀ ਠੰਡ ਵਰਤਾਈ ਆ, ਮੇਰਾ ਸਾਰਾ ਖੂਨ ਸਰਦ ਕਰ ਦਿੱਤਾ ਈ, ਮੈਂ ਬਲ ਲੈਣ ਆਈ ਸਾਂ, ਅਗਲਾ ਵੀ ਗੁਆ ਲਿਆ, ਹਾਂ ਮੇਰਾ ਸਵਰਜ, ਹਾਂ ਮੇਰਾ ਪ੍ਰਤਾਪ, ਹਾਂ ਮੇਰੇ ਸਿਰ 'ਤੇ ਸਿੱਧੀ, ਸਭ ਕੁਝ ਗਿਆ, ਵਾਹ ਵਾਹ ਉੱਠ, ਠੰਡ, ਇਹ ਠੰਡ ਬੜੀ ਸੁਆਦਲੀ ਹੈ, ਉਹ ਸਾਰਾ ਤਾਪ ਸੀ ਤਾਪ, ਦੇਖ ਮਣਾ ਠੰਡ ਪੈ ਗਈ ਹੈ, ਹਾਂ ਜਾਗ ਸੁਲੱਖੀ ਜਾਗ ਆਈ ਹੈ, ਮੈਂ ਇਸੇ ਜਾਗ ਵਿੱਚ ਜੀਵਾਂ, ਮੇਰੇ ਲੂਆਂ ਵਿੱਚ ਚਰਨਾਹਟ ਹੈ, ਲੂਆਂ ਵੀਣਾ ਬਣ ਗਏ ਹਨ, ਸੰਗੀਤ ਕਰ ਰਹੇ ਹਨ, ਕਹਿ ਰਹੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਵਾਹਿਗੁਰੂ ਕੀ ਹੋਇਆ? ਇਸੇ ਮੇਰੀ ਜਾਗ ਖੋਲੀ ਹੈ, ਹੇ ਮੇਰੇ ਮਨ ਤੂੰ ਰਾਗ ਨਾਲ ਲੋਕ ਫਸਾਏ, ਕੀ ਇਸ ਵਾਹਿਗੁਰੂ ਰਾਗ ਨੇ ਤੇਰੀ ਬੰਦ ਖੋਲ੍ਹੀ? ਪਿਆ ਰਹੋ ਮਨ ਇਸ ਸੁੱਖ ਵਿੱਚ, ਖਾਕ ਪਾਏ ਸਵਰਜ ਦੇ ਸਿਰ, ਤੂੜੀ ਵਿੱਚ ਲੇਟਾਂ ਅਤੇ ਇਹ ਰਾਗ ਸੁਣਦੀ ਰਹਾਂ, ਵਾਹਿਗੁਰੂ 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 ਵਾਹਿਗੁਰੂ। ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਨੂਰ ਸ਼ਾਹ ਤੁਰੀ ਜਾ ਰਹੀ ਹੈ, ਸਿਰ 'ਤੇ ਇੱਕ ਪੰਡ ਹੈ, ਕਿਸੇ ਦੇ ਘਰ ਪਹੁੰਚਾ ਕੇ ਦੋ ਆਨੇ ਮਜ਼ੂਰੀ ਲਈ ਹੈ, ਇਸ ਦੇ ਚੌਲ ਅਤੇ ਦਾਲ ਖਰੀਦੇ ਹਨ, ਚੋਰ ਰਸਤੇ ਘਰ ਜਾ ਵੜੀ ਹੈ, ਇਹ ਚੌਲ ਦਾਲ ਚਾੜੇ ਹਨ, ਆਖਦੀ ਹੈ ਇਸ ਘਰ ਨੂੰ ਫੂਕ ਦਿਆਂ ਅਤੇ ਉਜਾੜ ਵਿੱਚ ਵਸਾਂ, ਪਰ ਫਿਰ ਡਰੀ ਕਿ ਹੁਕਮ ਨਹੀਂ ਲਿਆ, ਹੇ ਮਣਾ ਠੰਡਾਂ ਦੇ ਸਾਈਂ ਨੇ ਤਾਂ ਨਹੀਂ ਸੀ ਕਿਹਾ ਕਿ ਮਜ਼ੂਰੀ ਕਰ, ਪਰ ਮੇਰਾ ਮਨ ਆਪੇ ਉਸ ਭੂਤ ਕਮਾਈ ਤੋਂ ਡਰਨ ਲੱਗ ਪਿਆ ਹੈ, ਫਿਰ ਕੰਬੀ ਫਿਰ ਟੋਟ ਪੈਣ ਲੱਗੀ, ਪਰ ਚੇਤੇ ਆ ਗਿਆ ਵਾਹਿਗੁਰੂ ਵਾਹਿਗੁਰੂ, ਫਿਰ ਰਿੱਧੇ ਚੌਲ ਅਤੇ ਦਾਲ ਸਿਰ ਧਰ ਕੇ ਟੁਰ ਪਈ, ਉਦਿਆਨ ਵਿੱਚ ਲਿਆਈ ਲਿਆ ਅੱਗੇ ਧਰੇ, ਹੇ ਠੰਡਾਂ ਦੇ ਸਾਈਂ ਭੋਜਨ ਛਕੋ, ਭੋਜਨ ਹਾਜ਼ਰ ਹੈ, ਮੇਰੀ ਪਾਪ ਕਮਾਈ ਦਾ ਨਹੀਂ, ਠੰਡਾਂ ਦੇ ਸਾਈਂ ਜੀ ਮੈਂ ਮਜ਼ੂਰੀ ਕਰਕੇ ਹੱਕ ਲਾਲ ਦੀ ਕਮਾਈ ਕਰਕੇ ਇਹ ਦੋ ਆਨੇ ਲਿਆਈ ਹਾਂ, ਆਪਦਾ ਹੁਕਮ ਸੀ ਪ੍ਰਸ਼ਾਦ ਛਕਾ, ਇਹ ਨਿਮਾਣਾ ਪ੍ਰਸ਼ਾਦ ਹਾਜ਼ਰ ਹੈ। ਸਤਿਗੁਰੂ ਮੁਸਕਰਾ ਕੇ, ਨੂਰ ਸ਼ਾਹ ਤੇਰੀ ਹੱਕ ਹਲਾਲ ਦੀ ਕਮਾਈ? ਫਿਰ ਮੁਸਕਰਾ ਕੇ, ਸ਼ਾਬਾਸ਼, ਪਰ ਕੁੜੀਏ ਮੇਰੀ ਅੱਜ ਵਰੇ ਗੰਢ ਹੈ ਅਤੇ ਤੇਰੇ ਭੱਠ ਵਿੱਚ ਜੀ ਜੰਤ ਤੜਫ ਰਹੇ ਹਨ, ਮੈਂ ਅੰਨ ਕਿਸ ਤਰ੍ਹਾਂ ਪਾਵਾਂ? ਜਦਕਿ ਰੱਬ ਦੇ ਬੰਦੇ ਅੱਜ ਟੋਟ ਵਿੱਚ ਤੜਫ ਰਹੇ ਹਨ, ਠੰਡ ਵਰਤੇ ਤਾਂ ਸੰਘੋਂ ਅੰਨ ਲੰਘੇ। ਨੂਰ ਸ਼ਾਹ, ਠੰਡਾਂ ਦੇ ਸਾਈਂ ਸੱਚ ਹੈ, ਮੈਂ ਬੜੀ ਮੂਰਖ ਹਾਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨੈਣ ਮੀਟ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੰਜ ਵਾਹਿਗੁਰੂ ਵਾਹਿਗੁਰੂ ਕਹਿੰਦੀ ਹਨੇਰੀ ਵਾਂਗ ਉੱਡ ਗਈ, ਜਾ ਘਰ ਵੜੀ ਅਤੇ ਉੱਥੇ ਗਈ ਜਿੱਥੇ ਸਾਰੇ ਉਸਦੇ ਬਾਲਕੇ, ਜਿਨ੍ਹਾਂ ਵਿੱਚ ਚੰਗੇ ਚੰਗੇ ਵਰਤੀ ਤਪੀ ਹਠੀ ਤਿਆਗੀ ਵਿਰਾਗੀ ਵੀ ਸਨ।
ਲੁੱਝ ਰਹੇ ਸਨ ਤੇ ਹਾਵੇ ਕਰ ਰਹੇ ਸਨ। ਉਹਨਾਂ ਨੂੰ ਕਹਿਣ ਲੱਗੀ, ਹੇ ਮੂਰਖੋ ਚੱਲੋ, ਪਰਮੇਸ਼ਰ ਜੀ ਮਨੁੱਖ ਜਾਮੇ ਦੀ ਲਾਲਟਿਨ ਵਿੱਚ ਠੰਡਾਂ ਦੇ ਸਾਈਂ ਬਣ ਕੇ ਆਏ ਹਨ। ਚਲੋ ਉੱਠੋ, ਮੈਂ ਜਿਸਨੇ ਤਾਂ ਸਾਨੂੰ ਕੈਦ ਪਾਇਆ ਸੀ, ਚਲੋ ਤੁਹਾਨੂੰ ਛੁਟਕਾਰਾ ਲੈ ਦੇਵਾਂ, ਚਲੋ ਤੁਹਾਡਾ ਤਾਪ ਉਤਰਵਾ ਦੇਵਾਂ, ਚਲੋ ਠੰਡਾਂ ਦੇ ਸਾਈਂ ਦੀ ਸ਼ਰਨ, ਤੁਹਾਨੂੰ ਠੰਡਾਂ ਅਮੁੱਲ ਲੈ ਦੇਵਾਂ। ਸਾਰੇ ਗੁੱਸੇ ਅਤੇ ਨਿਰਾਸ਼ਤਾ ਵਿੱਚ ਆਉਂਦੇ ਜਾਂਦੇ ਸਨ, ਦੰਦੀਆਂ ਕਰੀਚਦੇ ਅਤੇ ਫਿਰ ਦਬਕਦੇ ਸਨ। ਹੁਣ ਕਾਠ ਦੀਆਂ ਪੁਤਲੀਆਂ ਵਾਂਗ ਉੱਠ ਖੜ੍ਹੇ ਹੋਏ ਅਤੇ ਮਗਰੇ ਟੁਰ ਪਏ। ਨੂਰ ਸ਼ਾਹ ਨੇ ਸਾਰੇ ਬਾਹਰ ਕੱਢ ਕੇ ਬਾਜ਼ਾਰ ਵਿੱਚ ਹੋਕਰਾ ਦੇ ਦਿੱਤਾ, ਮੇਰਾ ਘਰ ਲੁੱਟ ਲਓ, ਸਭ ਖੁੱਲ੍ਹਾ ਪਿਆ ਹੈ। ਘਰ ਦੇ ਬੂਹੇ ਖੁੱਲ੍ਹੇ, ਚੌੜ ਚਪੱਟ ਸੁੱਟ ਕੇ ਨੂਰ ਸ਼ਾਹ ਚਲੀ ਗਈ। ਪਰੰਤੂ ਕਿਸੇ ਦਾ ਹੀਆ ਨਹੀਂ ਪਿਆ ਕਿ ਉਸ ਦਾ ਘਰ ਲੁੱਟ ਲਵੇ। ਉਂਜ ਜੰਗਲ ਦੀ ਅੱਗ ਵਾਂਗ ਸਾਰੇ ਸ਼ਹਿਰ ਵਿੱਚ ਖਬਰ ਫੈਲ ਗਈ ਕਿ ਨੂਰ ਸ਼ਾਹ ਬਾਲਕਿਆਂ ਸਣੇ ਕਿਤੇ ਚਲੀ ਜਾ ਰਹੀ ਹੈ। ਇੱਧਰ ਨੂਰ ਸ਼ਾਹ ਜਾ ਰਹੀ ਹੈ, ਜ਼ੁਬਾਨ 'ਤੇ ਵਾਹਿਗੁਰੂ ਹੈ, ਲੂਹਾਂ ਵਿੱਚ ਵਾਹਿਗੁਰੂ ਹੈ, ਕਾਲਜੇ ਠੰਡ ਹੈ, ਉਦਿਆਨ ਵੱਲ ਨੂੰ ਧੂਹ ਹੈ। ਸਤਿਗੁਰੂ ਦੇ ਦਰਬਾਰ ਜਾ ਕੇ ਚੁਫਾਲ ਮੱਥਾ ਟੇਕਿਆ, ਨਾਲ ਸਾਰੇ ਬਾਲਕਿਆਂ ਟੇਕਿਆ। ਸਤਿਗੁਰ ਸਾਰਦ ਜੀ ਨੂੰ, ਚਾਨਣ ਚਾਨਣੇ ਦੇ ਪੁੰਜ ਸੂਰਜ ਤੋਂ ਨਿਕਲਦਾ ਹੈ, ਨੇਕੀ ਨੇਕੀ ਦੇ ਪੁੰਜ ਵਾਹਿਗੁਰੂ ਤੋਂ ਹੈ, ਨਿਰੀ ਨੇਕੀ ਕੀ ਹੋਈ, ਫੋਕੀ ਨੇਕੀ ਵੇਲੇ ਸਿਰ ਹਾਰ ਦੇ ਗਈ, ਥਾਂਗੀ ਬਿਨਾ ਰੂੜ ਗਏ, ਥਾਪੀ ਦੇ ਕੇ ਇਮਾਨ ਲਿਆ ਕਿ ਵਾਹਿਗੁਰੂ ਅਕਾਲ ਪੁਰਖ ਹੈ, ਭਰੋਸਾ ਕਰ ਵਾਹਿਗੁਰੂ ਅਕਾਲ ਪੁਰਖ ਹੈ, ਮੰਨ ਕੇ ਹਰਦਮ ਸ਼ਰਨ ਉਸ ਦੀ ਵਸਨਾ ਹੈ, ਤਕੜਾ ਹੋ ਅਤੇ ਕਹੋ ਵਾਹਿਗੁਰੂ। ਸਾਰਦ ਜੀ ਦੇ ਅੰਦਰ ਇੱਕ ਠੰਡ ਵਰਤੀ, ਸੁੱਖ ਹੋਇਆ। ਦਿਲ ਦੀ ਟੇਕ ਕਿਸੇ ਕੇਂਦਰ ਵੱਲ ਨੂੰ ਗਈ ਅਤੇ ਓਟ ਲੈ ਕੇ ਅੰਦਰੋਂ ਉੱਚਾ ਹੋ ਗਿਆ। ਫਿਰ ਤੁੰਮਣ ਸ਼ਾਹ ਅੱਗੇ ਹੋਇਆ, ਸੀਸ ਨਿਵਾਇਆ, ਸਤਿਗੁਰ ਨੇ ਸਿਰ ਹੱਥ ਧਰ ਕੇ ਕਿਹਾ, ਦੀਸਣ ਹਾਰ ਦਾ ਇਸ਼ਕ ਕਮਾ ਕੇ ਫਿਰ ਦ੍ਰਿਸ਼ਟਾ ਪਦ ਵਿੱਚ ਜਾਣਾ ਔਖੀ ਖੇਡ ਹੈ, ਸੱਪਾਂ ਨਾਲ ਖੇਡਣਾ ਆਸਾਨ ਨਹੀਂ, ਰੱਬ ਰੱਬ ਕੂਕਣਾ ਪਰ ਹੋਣਾ ਨਫਸ ਦੇ ਬੰਦੇ, ਕਰਨੇ ਕੰਮ ਨਫਸ ਦੇ, ਨਾਮ ਧਰਨਾ ਖੁਦਾ ਦਾ, ਫਿਰ ਮਾਇਆ ਨੇ ਫਸਾਉਣਾ ਹੀ ਹੋਇਆ ਨਾ, ਦੇਖ ਬੇਟਾ ਚੱਕ ਟੇਕ ਮਾਇਆ ਤੇ ਮਨ ਤੋਂ, ਪਰਮੇਸ਼ਰ ਦੇ ਆਸਰੇ ਹੋ, ਕਹੋ ਵਾਹਿਗੁਰੂ। ਤੁੰਮਣ ਸ਼ਾਹ ਦੇ ਅੰਦਰ ਉਹ ਰੋ ਮਰਤੀ ਜੋ ਕਦੇ ਤੱਕੀ ਨਹੀਂ ਸੀ, ਆਪੇ ਦੀ ਸੋਝੀ ਹੋ ਆਈ, ਅੰਦਰਲੇ ਦਾ ਰੁੱਖ ਰੱਬ ਪਾਸੇ ਹੋ ਗਿਆ, ਉਨਮਨ ਹੋ ਗਿਆ, ਉੱਚੀ ਸੁਰਤ ਵਾਲਾ। ਫਿਰ ਸੈਨਾਨੰਦ ਦੇ ਸਿਰ ਹੱਥ ਧਰ ਬੋਲੇ, ਭਗਤੀ ਭਾਈ ਮਨ ਦੀ, ਮਨ ਨੂੰ ਨਾ ਵੇਖਿਆ ਨਾ ਜਿੱਤਿਆ, ਇਸ ਨੂੰ ਨਚਾਇਆ, ਵਾਹਿਗੁਰੂ ਦੇ ਸਦਕੇ ਨਾ ਕੀਤਾ। ਲੋਕਾਂ ਦੇ ਭਗਤ ਕਹਿਣ ਅਤੇ ਜੋ ਭਗਤੀ ਹੁੰਦੀ ਹੈ ਉਸ ਨੂੰ ਮਾਇਆ ਨਾਗਣ ਡੱਸ ਜਾਂਦੀ ਹੈ ਨਾ, ਨਾਗਣ ਦਾ ਵਾਰ ਤਦੇ ਚੱਲਦਾ ਹੈ ਜਦਕਿ ਸਿਰ 'ਤੇ ਕੋਈ ਰਾਖਾ ਨਹੀਂ ਹੁੰਦਾ, ਤਾਂ ਤੇ ਸੂਰੇ ਦੀ ਸ਼ਰਨ ਸਮਾਓ, ਕਹੋ ਵਾਹਿਗੁਰੂ। ਇਸ ਭਗਤ ਦੇ ਅੰਦਰੋਂ ਵੀ ਲੋਕਾਂ ਦੀ ਕਦਰ ਦੀ ਮੈਲ ਲੱਥੀ, ਠੰਡ ਵਰਤੀ, ਵਾਹਿਗੁਰੂ ਵੱਲ ਧਿਆਨ ਲੱਗਾ, ਉਨਮਨ ਹੋ ਗਿਆ। ਫਿਰ ਗੋਰਨ ਜੀ ਦੇ ਸਿਰ ਹੱਥ ਰੱਖ ਕੇ ਵਰਤ ਰੱਖੇ, ਸਰੀਰ ਲਿੱਸਾ ਹੋ ਗਿਆ, ਆਲਸ ਤਮੋ ਗੁਣ ਵੱਧ ਗਿਆ, ਨਾ ਮਨ ਵਸ ਆਇਆ ਨਾ ਮੈਲ ਨਿਕਲੀ। ਜਦੋਂ ਮਾਇਆ ਖੀਵੀ ਚਕਾ ਚੂੰਦ ਇੱਕ ਚਮਕਾਰਾ ਹੀ ਮਾਰ ਗਿਆ, ਸਿਦਕ ਕਰ ਕਿ ਸਿਰ 'ਤੇ ਰੱਬ ਹੈ, ਕਹੋ ਵਾਹਿਗੁਰੂ। ਕਹਿੰਦੇ ਸਾਰ ਗੋਰਨ ਦਾ ਮਨ ਉੱਪਰ ਵਾਹਿਗੁਰੂ ਟੇਕ 'ਤੇ ਗਿਆ ਅਤੇ ਉਨਮਨ ਹੋ ਗਿਆ। ਇਸ ਤਰ੍ਹਾਂ ਇੱਕ ਇੱਕ ਨੂੰ ਪਿਆਰ ਦਿੱਤਾ, ਇੱਕ ਇੱਕ ਦੀ ਭੁੱਲ ਦਰਸਾਈ, ਇੱਕ ਇੱਕ ਨੂੰ ਠੰਡ ਪਾਈ, ਸਾਰੀਆਂ ਰੂਹਾਂ ਨੂੰ ਠਾਰ ਕੇ ਸੁਖੀ ਕਰਕੇ ਬੋਲੇ, ਮਰਦਾਨਿਆ ਅੱਜ ਕੀ ਦਿਨ ਹੈ। ਮਰਦਾਨਾ ਜੀ, ਆਪ ਜੀ ਦੇ ਵਰੇਗੰਢ ਹੈ। ਹੁਣ ਸੂਰਜ ਲਪਟਦਾ ਗਿਆ ਸੀ, ਸ਼ਾਮਾਂ ਆ ਰਹੀਆਂ ਸਨ। ਇਸ ਵੇਲੇ ਤੀਖਣ ਜੀ ਜਲ ਆਏ, ਹੱਥ ਧੁਆਏ, ਨੂਰ ਸ਼ਾਹ ਨੇ ਪ੍ਰਸ਼ਾਦ ਅੱਗੇ ਰੱਖਿਆ, ਸਤਿਗੁਰੂ ਸੱਚੇ ਸ੍ਰਿਸ਼ਟੀ ਦੇ ਬਚਾਵਣ ਹਾਰੇ ਨੇ, ਉਹ ਦੁਆਨੀ ਦੇ ਚੌਲ ਸਾਰਿਆਂ ਨੂੰ ਵੰਡੇ ਅਤੇ ਆਪ ਵੀ ਖਾਧੇ।
ਫਿਰ ਮਰਦਾਨੇ ਨੇ ਵਾਹਿਗੁਰੂ ਜੀ ਦੀ ਮਹਿਮਾ ਦਾ ਕੀਰਤਨ ਕੀਤਾ। ਗੁਰੂ ਜਿਨ੍ਹਾਂ ਕਾ ਅੰਦੁਲਾ ਚੇਲੇ ਨਾਹੀਂ ਠਾਉ, ਬਿਨ ਸਤਿਗੁਰੂ ਨਾਉ ਨਾ ਪਾਈਐ, ਬਿਨ ਨਾਵੈ ਕਿਆ ਸੁਆਉ। ਆਏ ਗਿਆ ਪਛਤਾਵਣਾ, ਜਿਉ ਸੁਣੈ ਕਰ ਕਾਉ, ਜਿਉ ਸੁਣੈ ਕਰ ਕਾਉ। ਰਾਤ ਬੀਤ ਚੁੱਕੀ, ਅੰਮ੍ਰਿਤ ਵੇਲਾ ਹੋ ਆਇਆ। ਮਰਦਾਨੇ ਦੀ ਜਾਖ ਖੁੱਲ੍ਹੀ, ਕੀ ਦੇਖਦਾ ਹੈ ਕਿ ਸਤਿਗੁਰੂ ਵਾਹਿਗੁਰੂ ਦੇ ਪ੍ਰੇਮ ਵਿੱਚ ਜੁੜੇ ਬੈਠੇ ਹਨ। ਹਾਹੂਕਾ ਭਰ ਕੇ ਉੱਠਿਆ, ਮਨਾ ਪਹਿਲਾਂ ਜਾਗ ਦੋ, ਆਪ ਨਹਾਉਂਦੋ, ਫਿਰ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੋ, ਪਰ ਅੱਛਾ ਹੁਣ ਹੀ ਛੇਤੀ ਕਰਾਂ। ਇਹ ਕਹਿ ਕੇ ਝਟਪਟ ਤਿਆਰ ਹੋ ਕੇ ਰਬਾਬ, ਸੁਰੀਲਾ ਮਨ ਮੋਹਣਾ ਰਬਾਬ ਲੈ ਕੇ ਬੈਠ ਗਿਆ। ਤਾਰਾਂ 'ਤੇ ਜਦ ਠੋਕਰਾਂ ਵੱਜੀਆਂ ਤਾਂ ਅਰਸ਼ੀ ਧੁਨ ਉੱਠੀ, ਨਾਲ ਸੁਰੀਲਾ ਪਿਆਰਾ ਗਲਾ ਛਿੜ ਪਿਆ। ਫਿਰ ਕੀ ਸੀ, ਇਲਾਹੀ ਰੰਗ ਜੰਮ ਗਿਆ। ਬਾਕੀ ਸੰਗਤ ਵੀ ਨੂਰ ਸ਼ਾਹ ਸਮੇਤ ਉੱਠ ਬੈਠੀ, ਇਸ਼ਨਾਨ ਕੀਤੇ ਅਤੇ ਉਸੇ ਤਰ੍ਹਾਂ ਦੂਰ ਨੇੜੇ ਬੈਠ ਗਏ। ਮਰਦਾਨੇ ਦੇ ਅੰਦਰਲੇ ਇਕੱਠੇ ਹੋਏ ਮਨ ਵਿੱਚੋਂ ਧੁਰਦੀ ਬਾਣੀ ਦਾ ਕੀਰਤਨ ਅਤੇ ਉੱਚੇ ਦਰਜੇ ਦੇ ਰਾਗ ਦੀ ਧੁਨ ਉੱਠੀ। ਸਾਰੇ ਵਾਹਿਗੁਰੂ ਪ੍ਰੇਮ ਵਿੱਚ ਜੁੜ ਗਏ। ਇਹ ਠੰਡ, ਇਹ ਰੰਗ, ਇਹ ਰਸ ਅਤੇ ਲੀਨਤਾ ਸੂਰਜ ਚੜ੍ਹੇ ਤੱਕ ਬਣੀ ਰਹੀ। ਇਸ ਵੇਲੇ ਮਰਦਾਨੇ ਭੋਗ ਪਾਇਆ। ਤੀਖਣ ਜੀ ਸਹੁਰੇ ਪਰਿਵਾਰ ਸਮੇਤ ਦੁੱਧ ਲੈ ਕੇ ਆਏ ਹੋਏ ਸਨ। ਸ਼ਹਿਰ ਵਿੱਚ ਰਾਤ ਦੀ ਹੀ ਧੁੰਮ ਮੱਚ ਗਈ ਸੀ ਕਿ ਕੋਈ ਐਸਾ ਰੱਬ ਦਾ ਪਿਆਰਾ ਆਇਆ ਹੈ ਜਿਸ ਨੇ ਨੂਰ ਸ਼ਾਹ ਦਾ ਤਿਲਿਸਮ ਤੋੜ ਦਿੱਤਾ ਹੈ ਅਤੇ ਉਹ ਘਰ ਬਾਰ ਖੁੱਲ੍ਹੇ ਛੱਡ ਕੇ ਚਰਨੀ ਪੈ ਗਈ ਹੈ ਅਤੇ ਦਸਾਂ ਨਵਾਂ ਦੀ ਕਿਰਤ ਕਰਕੇ ਸਤਿਗੁਰੂ ਜੋਗਾ ਭੋਜਨ ਲੈ ਗਈ ਹੈ। ਘਰ ਘਰ ਵਿੱਚ ਇਹੋ ਕਥਾ ਸੀ ਅਤੇ ਹਰ ਦਿਲ ਉਸ ਰੱਬੀ ਨੂਰ ਦੇ ਦੀਦਾਰ ਦੇ ਦਰਸ਼ਨ ਲਈ ਉਮਗ ਰਿਹਾ ਸੀ। ਹੁਣ ਦਿਨ ਨਿਕਲਣ ਤੋਂ ਪਹਿਲਾਂ ਲੋਕ ਘਰਾਂ ਤੋਂ ਤੁਰ ਰਹੇ ਸਨ ਅਤੇ ਪਹੁੰਚ ਰਹੇ ਸਨ। ਇਸ ਵੇਲੇ ਖਾਸੀ ਭੀੜ ਉਦਾਲੇ ਜਮ੍ਹਾਂ ਹੋ ਗਈ ਸੀ। ਮਰਦਾਨੇ ਦੇ ਕੀਰਤਨ ਨੇ, ਸਤਿਗੁਰ ਦੇ ਰੱਬੀ ਦੀਦਾਰ ਨੇ ਸਭ ਨੂੰ ਸਤੋ ਗੁਣੀ ਕਰ ਰੱਖਿਆ ਸੀ। ਦੁੱਧ ਆਇਆ ਤਾਂ ਸਤਿਗੁਰ ਨੇ ਕਿਹਾ, ਵਰਤਾ ਦਿਓ। ਫਿਰ ਆਪ ਇੱਕ ਸ਼ਬਦ ਦੀ ਸਦ ਉਠਾਈ ਅਤੇ ਫਿਰ ਜਿਉਂ ਵਾਹਿਗੁਰੂ ਪ੍ਰੇਮ ਵਿੱਚ ਸ਼ੁਰੂ ਹੋਏ। ਐਸੀ ਵਾਰਤਾਲਾਪ ਕੀਤੀ ਕਿ ਸਭ ਦੀ ਬ੍ਰਿਤੀ ਸਾਈਂ ਪ੍ਰੇਮ ਦੇ ਰੰਗ ਰੰਗੀ ਗਈ ਅਤੇ ਅੰਦਰਲੇ ਦਾ ਵਾਹਿਗੁਰੂ ਵੱਲ ਰੁੱਖ ਹੋ ਗਿਆ। ਇਸ ਤਰ੍ਹਾਂ ਗੁਰ ਸਿੱਖੀ ਸਭ ਨੇ ਧਾਰਨ ਕੀਤੀ ਅਤੇ ਸੱਚੇ ਪਾਤਸ਼ਾਹ ਨੇ ਸਭ ਨੂੰ ਉਸ ਸੜਕੇ ਚਾੜਿਆ ਜਿਸ ਦਾ ਅੰਤ ਆਪ ਜੀ ਨੇ ਦੱਸਿਆ ਸੀ ਕਿ ਤੁਸੀਂ ਆਪੇ ਦੀ ਕੈਦ ਤੋਂ ਛੁੱਟ ਕੇ ਆਪੇ ਦੇ ਰਸ ਅਤੇ ਵਾਹਿਗੁਰੂ ਸ਼ਰਨ ਦੇ ਰਸ ਵਿੱਚ ਸੁੱਖ ਪਾਓਗੇ। ਲੰਗਰ ਉੱਥੇ ਹੀ ਤਿਆਰ ਹੋਇਆ, ਸਭ ਨੇ ਛਕਿਆ। ਦੁਪਹਿਰਾਂ ਵੇਲੇ ਜਰਾ ਇਕਾਂਤ ਹੋਈ ਤਾਂ ਮਰਦਾਨੇ ਨੇ ਕਿਹਾ, ਸੱਚੇ ਪਾਤਸ਼ਾਹ, ਪਰਬਤ ਹੇਠੋਂ ਨਿਕਲ ਕੇ ਜਿਵੇਂ ਹਲਕਾਪਣ ਆਉਂਦਾ ਹੈ, ਕੱਲ੍ਹ ਦੇ ਮਾਮਲੇ ਤੋਂ ਬਾਅਦ ਮੈਂ ਇਸ ਤਰ੍ਹਾਂ ਪ੍ਰਤੀਤ ਕਰਦਾ ਹਾਂ। ਇਹ ਨੂਰ ਸ਼ਾਹ ਪਾਸ ਕੀ ਕੋਤਕ ਸੀ ਅਤੇ ਇਹਨਾਂ ਕਿੱਥੋਂ ਲਿਆ ਸੀ? ਸਤਿਗੁਰੂ ਜੀ ਬੋਲੇ, ਨੂਰ ਸ਼ਾਹ ਤੈਨੂੰ ਆਪ ਸੁਣਾ ਦੇ ਸੀ, ਫਿਰ ਸਮਝ ਲਈ। ਜੇ ਕੁਝ ਤੇਰੀ ਸਮਝੇ ਪੈ ਗਿਆ ਤਾਂ। ਇਹ ਸੁਣ ਕੇ ਨੂਰ ਸ਼ਾਹ ਨੇ ਕਿਹਾ, ਹੇ ਠੰਡਾਂ ਦੇ ਸਾਈਂ, ਮਾਇਆ ਦੀ ਖੇਡ ਹੈ। ਮਾਇਆ ਤਾਂ ਹੋਇਆ ਸਾਰਾ ਭੁਲਾਵਾ, ਭੁਲਾਵੇ ਵਿੱਚ ਭੁਲਾਵੇ ਹੋਰ ਕੀ ਹੈ? ਪਰ ਆਗਿਆ ਹੈ, ਬਿਨੇ ਕਰਦੀ ਹਾਂ। ਮੇਰੇ ਪਿਤਾ ਜੀ ਨਰਿੰਦਰ ਨਾਥ ਗੁਜ਼ਾਰੇ ਮਾਫਕ ਇਸ ਪਿੰਡ ਦੇ ਚੰਗੇ ਜ਼ਿਮੀਂਦਾਰ ਸਨ ਅਤੇ ਸਾਧੂ ਸੰਤ ਦੇ ਸੇਵੀ ਸਨ। ਸਾਡੇ ਪਿੰਡ ਇੱਕ ਸੂਫੀ ਫਕੀਰ ਆਇਆ ਜਿਸ ਦਾ ਨਾਮ ਨੂਰ ਸ਼ਾਹ ਸੀ। ਉਹ ਪਿਤਾ ਜੀ ਦੀ ਸੇਵਾ 'ਤੇ ਰੀਝ ਪਿਆ। ਪਿਤਾ ਜੀ ਇਸ ਪਰ ਬਿਨ ਦਮਾਂ ਦੇ ਵਿਕ ਗਏ। ਮੈਂ ਮੁਟਿਆਰ ਅਵਸਥਾ ਵਿੱਚ ਆ ਰਹੀ ਸਾਂ, ਇੱਕ ਵੇਰੀ ਮੇਰੀ ਉਂਗਲ 'ਤੇ ਚੰਦਰਾ ਹੋ ਪਿਆ। ਪਿੰਡ ਦਾ ਨਾਈ ਆਖੇ ਚੀਰੇ ਬਿਨਾਂ ਰਾਜੀ ਨਹੀਂ ਹੋਣਾ ਅਤੇ ਮੈਂ ਚੀਰ ਦੁਆਵਾਂ ਨਾ, ਦਰਦ ਕੋਲੋਂ ਡਰਾਂ। ਬੂਟੀ ਪੱਥਰ ਚੂਣ ਦੋ ਚਾਰ ਦਿਨ ਬੱਧੀ
ਕੁਆਰ ਗੰਦਲ ਦਾ ਭੜਥਾ ਆਟੇ ਅਲਸੀ ਦੀ ਲੇਵੀ ਲਾਈ, ਪਰ ਕੁਝ ਨਾ ਬਣਿਆ। ਨੂਰ ਸ਼ਾਹ ਨੂੰ ਮੇਰੀ ਖੇਚਲ ਦਾ ਪਤਾ ਲੱਗਾ ਤਾਂ ਪਿਤਾ ਨੂੰ ਕਹਿਣ ਲੱਗੇ, ਨਾਈ ਨੂੰ ਚੋਰੀ ਬੁਲਾ ਛੱਡੋ, ਅਸੀਂ ਦੁਪਹਿਰੇ ਆ ਕੇ ਕਾਰਜ ਕਰਾਂਗੇ। ਪਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ, ਦੁਪਹਿਰੇ ਆ ਕੇ ਉਹ ਮੈਨੂੰ ਲੈ ਬੈਠੇ ਅਤੇ ਆਖਣ ਲੱਗੇ, ਕਾਕੀ ਤੈਨੂੰ ਮਿੱਠੀ ਮਿੱਠੀ ਨੀਂਦ ਆਵੇਗੀ, ਦੇਖ ਸਾਡੇ ਮਸਤਕ ਪਰ ਚਾਨਣਾ ਹੈ, ਪੰਜ ਬੋਦੀਆਂ ਵਾਲਾ ਤਾਰਾ ਹੈ, ਅੱਛੂ ਨੀਂ ਜਲਾਵੇਂ ਤਾਂ ਦਿਸਦੀ ਏ। ਕਈ ਗੱਲਾਂ ਬਾਤਾਂ ਕਰਦੇ ਰਹੇ, ਮੈਨੂੰ ਪਤਾ ਨਹੀਂ, ਪਰ ਪਿੱਛੋਂ ਪਿਤਾ ਜੀ ਨੇ ਮੈਨੂੰ ਦੱਸਿਆ ਸੀ ਕਿ ਮੈਂ ਤੱਕਦੀ ਤੱਕਦੀ ਸੌਂ ਗਈ ਸਾਂ, ਅਤੇ ਜਦ ਮੈਂ ਸੌਂ ਗਈ ਸਾਂ ਤਦ ਆਪਣੇ ਨਾਈ ਨੂੰ ਸੱਦ ਕੇ ਕਿਹਾ ਕਿ ਚੀਰਾ ਦੇ ਦਿਓ। ਪਿਤਾ ਜੀ ਬੋਲੇ, ਕਾਕੀ ਪੀੜ ਨਾਲ ਜਾਗ ਪਏਗੀ। ਉਹ ਕਹਿਣ ਲੱਗਾ, ਇਹ ਨੀਂਦ ਨਹੀਂ, ਕਦੇ ਨਹੀਂ ਜਾਗੇਗੀ। ਮੇਰੇ ਵੱਲ ਤੱਕ ਕੇ ਬੋਲੇ, ਜਾਗਣਾ ਨਹੀਂ, ਗੱਲ ਕੀ, ਨਾਈ ਚੀਰਾ ਦੇ ਕੇ ਸਾਫ਼ ਕਰਕੇ ਮਲਮ ਲਾ ਕੇ ਬੰਨ ਕੇ ਚਲਾ ਗਿਆ। ਮੇਰੀ ਜਾਗ ਤਦੋਂ ਖੁੱਲ੍ਹੀ ਜਦੋਂ ਨੂਰ ਸ਼ਾਹ ਨੇ ਆਪ ਕਿਸੇ ਤਰ੍ਹਾਂ ਖੋਲ੍ਹੀ। ਇਸ ਕ੍ਰਿਸ਼ਮੇ ਦਾ ਅਸਰ ਮੇਰੇ ਪਿਤਾ ਜੀ 'ਤੇ ਬਹੁਤ ਪਿਆ। ਨੂਰ ਸ਼ਾਹ ਜਦੋਂ ਬਿਰਧ ਹੋਏ ਤਾਂ ਆਪਣੀ ਚਤੁਰਾਈ 'ਤੇ ਤ੍ਰਾਟਕ ਮੁਦਰਾ ਦਾ ਭਾਵ ਪੱਛਮੀ ਵੀ ਹੁਣ ਇਸ ਖੇਲ ਨੂੰ ਸਮਝਦੇ ਹਨ। ਮੈਸ ਮਰੀਜ਼ਮ ਅਤੇ ਹਿਪਨੋਟਾਈਜ਼ ਨਾਮ ਦਿੰਦੇ ਹਨ ਅਤੇ ਆਪਣੀ ਚਤੁਰਾਈ 'ਤੇ ਤ੍ਰਾਟਕ ਮੁਦਰਾ ਦੇ ਕੌਤਕ ਪਿਤਾ ਜੀ ਨੂੰ ਸਿਖਾ ਦਿੱਤੇ ਅਤੇ ਉਹਨਾਂ ਮਗਰੋਂ ਉਹਨਾਂ ਦੇ ਮੰਤਰਾਂ ਜੰਤਰਾਂ ਤੰਤਰਾਂ 'ਤੇ ਪ੍ਰੇਮੀ ਚੇਲੇ ਵਾਲੇ ਮੇਰੇ ਪਿਤਾ ਦੇ ਗਿਰਦ ਹੋ ਗਏ ਅਤੇ ਉਹਨਾਂ ਨੂੰ ਨੂਰ ਸ਼ਾਹ ਕਹਿਣ ਲੱਗ ਗਏ। ਪਿਤਾ ਜੀ ਦਾ ਮੇਰੇ ਵਿੱਚ ਬਹੁਤ ਪਿਆਰ ਸੀ। ਉਹਨਾਂ ਨੇ ਮੈਨੂੰ ਇੱਕ ਦਿਨ ਦੱਸਿਆ ਕਿ ਸਰੀਰ ਦਾ ਭਰੋਸਾ ਨਹੀਂ, ਤੇਰੀਆਂ ਅੱਖਾਂ 'ਤੇ ਮੱਥਾ, ਮਨ ਦੀ ਮਰਜ਼ੀ 'ਤੇ ਮਜ਼ਬੂਤੀ ਮਰਦਾਂ ਤੋਂ ਤਕੜੀ ਹੈ, ਸਾਡੀ ਗੱਲਬਾਤ ਸਿੱਖ ਲੈ, ਸੁੱਖ ਪਾਏਗੀ, ਇਹ ਦੁਰਲੱਭ ਖੇਡ ਹੈ। ਨੂਰ ਸ਼ਾਹ ਜੀ ਸੂਫੀ ਹੋ ਕੇ ਵਿੱਦਿਆ ਪਾ ਕੇ ਹੱਠ ਤਪ ਕਰਕੇ ਉਦਾਸ ਰਹੇ ਅਤੇ ਸਾਰਾ ਅਫਗਾਨਿਸਤਾਨ ਹਿੰਦੁਸਤਾਨ ਫਿਰੇ। ਅੰਤ ਨੀਲਗਿਰੀ ਦੱਖਣ ਵਿੱਚ ਇੱਕ ਜੰਗਲੀ ਕੌਮ ਜਿਨ੍ਹਾਂ ਦਾ ਨਾਮ ਟੋਡਾ ਹੈ ਦੇ ਇੱਕ ਵੱਡੇ ਫਕੀਰ ਪਾਸੋਂ ਇਹ ਤਾਕਤ ਅਤੇ ਜਾਚ ਪਾਈ ਕਿ ਦੂਜੇ ਆਦਮੀ ਉੱਤੋਂ ਆਪਣਾ ਵੱਸ ਕੀਕੂ ਪਾ ਲਿਆ ਜਾਵੇ। ਇਸ ਨੂੰ ਉਹ ਰੂਹਾਨੀ ਤਾਕਤ ਸਮਝਦੇ ਸਨ। ਉਹ ਕਹਿੰਦੇ ਹੁੰਦੇ ਸਨ ਕਿ ਮੁਆਵਜ਼ਾ ਜਾਂ ਕਰਾਮਾਤ ਨਬੀ ਦੀ ਨਿਸ਼ਾਨੀ ਹੈ, ਨੂਰ ਸ਼ਾਹ ਨਬੀ ਸੀ, ਉਹਨਾਂ ਨੇ ਇਹ ਤਾਕਤ ਸਾਨੂੰ ਬਖਸ਼ੀ, ਅਸੀਂ ਤੈਨੂੰ ਦਿੰਦੇ ਹਾਂ। ਗੱਲ ਕੀ, ਬਾਪੂ ਜੀ ਨੇ ਸਾਰੀ ਜਾਚ ਤ੍ਰਾਟਕ ਵਿੱਦਿਆ ਦੀ ਅਤੇ ਵਰਤਾਰੇ ਔਰ ਹੋਰ ਫੰਦ ਮੈਨੂੰ ਸਿਖਲਾਏ ਅਤੇ ਉਹਨਾਂ ਮਗਰੋਂ ਸਾਰੇ ਗਰਜੀ ਲੋਕ ਜਿਨ੍ਹਾਂ ਨੂੰ ਧਾਗੇ ਤਵੀਤ ਮੰਤਰ ਜੰਤਰ ਮਿਲਦੇ ਸਨ ਮੇਰੇ ਗਿਰਦ ਹੋ ਗਏ। ਮੈਨੂੰ ਪਾਰਵਤੀ ਜੋ ਮੇਰਾ ਨਾਮ ਸੀ ਸੱਦਣ ਦੀ ਥਾਂ ਨੂਰ ਸ਼ਾਹ ਸੱਦਣ ਲੱਗ ਪਏ। ਮੈਨੂੰ ਬਲਕਾਰ ਬੜਾ ਸੀ ਅਤੇ ਨਿੱਜ ਨਾ ਹੋਣੀ ਅਕਲ ਤਰੱਖੀ ਸੀ। ਮੈਂ ਆਪਣੀ ਇਸ ਤਾਕਤ ਨੂੰ ਉਪਕਾਰ 'ਤੇ ਨਾ ਵਰਤਿਆ, ਪਰ ਸਭ ਨੂੰ ਆਪਣੇ ਵੱਸ ਕਰਨਾ ਅਤੇ ਕਿਸੇ ਨੂੰ ਅੱਗੇ ਟਿਕਣ ਨਾ ਦੇਣਾ, ਇਸ ਵਿੱਚ ਕਮਾਲ ਕੀਤਾ। ਸੰਸਾਰਕ ਮਾਨਸਿਕ ਸਭ ਕਰਤੱਵ ਕਮਾਲ ਕੀਤੇ। ਆਹ ਦੇਖ ਲਓ, ਬੁੱਧ ਅਤੇ ਜੈਨੀ, ਬ੍ਰਹਮਚਾਰੀ, ਸੰਨਿਆਸੀ, ਸੂਫੀ ਅਤੇ ਭਗਤ ਸਭ ਜੀਰ ਕੀਤੇ, ਆਪਣੀ ਸੰਪਰਦਾ ਵਧਾਈ ਅਤੇ ਮਾਣ ਪਾਇਆ। ਮੇਰੀ ਵਿੱਦਿਆ ਵਿੱਚ ਭੁਲਾਵੇ ਅਤੇ ਮਾਇਆ ਹੈ। ਇੱਕ ਨੁਕਤਾ ਮਾਨਸਿਕ ਇਕਾਗਰਤਾ ਦਾ ਹੈ ਜਿਸ ਨੂੰ ਕੱਲ੍ਹ ਤੱਕ ਮੈਂ ਵੀ ਰੱਬੀ ਤਾਕਤ ਸਮਝਦੀ ਸਾਂ, ਪਰ ਹੁਣ ਸੋਝੀ ਆਈ ਹੈ ਕਿ ਕਿਸੇ ਨੂੰ ਵੱਸ ਕਰਨਾ ਆਪ ਕੈਦ ਪੈਣਾ ਹੈ। ਮੈਂ ਸੱਚ ਆਖਦੀ ਹਾਂ, ਕੱਲ੍ਹ ਇਹ ਕੁਝ ਮੈਨੂੰ ਸ਼ਕਤੀ ਜਾਪਦਾ ਸੀ, ਪਰ ਅੱਜ ਦਿਮਾਗ ਦਾ ਤਪ ਭਾਸਦਾ ਹੈ। ਲੋਕ ਸਰੀਰ ਨਾਲ ਕੈਦ ਪਾਉਂਦੇ ਹਨ, ਮੈਂ ਦਿਮਾਗ ਅਤੇ ਮਾਨਸਿਕ ਤਾਕਤਾਂ ਦੀ ਇਕਾਗਰਤਾ ਨਾਲ ਕੈਦਾਂ ਕੱਢ ਲਈਆਂ ਸਨ। ਸਤਿਗੁਰ ਦੀ ਚਰਨੀ ਮੱਥਾ ਟੇਕ ਕੇ, ਹੇ ਠੰਡਾਂ ਦੇ ਸਾਈਂ ਜੀ, ਕੱਲ੍ਹ ਪਹਿਲਾ ਦਿਨ ਸੀ ਕਿ ਆਪ ਦੇ ਸਵਾਰੇ ਭਗਤ ਪਰ ਮੇਰੀ ਪੇਸ਼ ਨਹੀਂ ਗਈ। ਕੱਲ੍ਹ ਮੇਰੇ ਮਨ ਨੇ ਕਲਵਲੀਆਂ ਖਾਧੀਆਂ, ਪਰ ਜਦੋਂ ਇਹਨਾਂ ਨੇ ਸੰਗੀਤ ਕੀਤਾ
ਤਾਂ ਮੈਨੂੰ ਆਪਣੀ ਤ੍ਰਿਖੀ ਅਕਲ ਵਿੱਚ ਦਾਰੂ ਸੁੱਝ ਪਿਆ। ਮੈਂ ਰਾਗ ਵਿੱਦਿਆ ਵਿੱਚ ਨਿਪੁੰਨ ਸਾਂ। ਮੈਂ ਉਹ ਅਲਾਪ ਕੀਤਾ ਕਿ ਇਹਨਾਂ ਦੀ ਸੁਰਤ ਵਜਦ ਵਿੱਚ ਆ ਗਈ, ਰਾਗ ਦੇ ਰਸ ਵਿੱਚ ਲੱਗ ਕੇ ਆਪੇ ਤੋਂ ਭੁੱਲੀ। ਠੀਕ ਉਸ ਵੇਲੇ ਮੈਂ ਗਵੱਈਏ ਨੇ ਆਪਣੀ ਸੂਰਤ ਦਾ ਝਲਕਾ ਦੇ ਕੇ ਇਹਨਾਂ ਦੀ ਸੂਰਤ ਨੂੰ ਉਖੇੜ ਲਿਆ ਅਤੇ ਕਾਬੂ ਕਰ ਲਿਆ। ਮਰਦਾਨਾ ਘਬਰਾ ਕੇ, ਹੇ ਸਤਿਗੁਰੂ ਜੀ, ਮੇਰੀ ਮੌਤ ਇਸ ਰਾਗ ਦੇ ਹੱਥੋਂ ਹੀ ਲਿਖੀ ਸੀ। ਸਤਿਗੁਰ, ਮਰਦਾਨਿਆ ਅਦਬ ਨਾਲ ਬੋਲ, ਰਾਗ ਇਲਾਹੀ ਨਾਦ ਹੈ, ਇਹ ਅਰਸ਼ ਤੋਂ ਆਇਆ ਹੈ। ਹਾਂ, ਸਾਰੀ ਸੁੰਦਰਤਾ ਅਰਸ਼ਾਂ ਦੀ ਕਾੜਤ ਹੈ। ਰਾਗ ਬੰਦੇ ਨੂੰ ਰੱਬ ਦੇ ਦੇਸ਼ ਲੈ ਜਾਣ ਵਾਸਤੇ ਹੈ। ਇਹ ਮਨੁੱਖ ਦੀ ਮੂਰਖਤਾ ਹੈ ਕਿ ਹਰ ਸ਼ੈ ਨੂੰ ਜੋ ਇਸ ਦੇ ਅੰਦਰਲੇ ਨੂੰ ਉੱਚਿਆਂ ਕਰਨ ਵਾਸਤੇ ਰਚੀ ਗਈ ਹੈ, ਉਸ ਨੂੰ ਆਪਣੇ ਆਪੇ ਦੇ ਉਂਦਾਲੇ ਕੋਈ ਨਾ ਕੋਈ ਕੂੜੇ ਦੀ ਪਾਲ ਜਾਂ ਕੰਧ ਉਸਾਰਨ ਵਾਸਤੇ ਅਤੇ ਕੈਦ ਪਾ ਲੈਣ ਵਾਸਤੇ ਵਰਤਦਾ ਹੈ।